ਫਲਿੱਪਕਾਰਟ ਦੀ ਹੱਬ ਚੋਂ ਕੱਢਿਆ ਸੀ ਡਿਲੀਵਰੀ ਬੋਏ। 2 ਮਹੀਨਿਆਂ ਬਾਅਦ ਦੋਸਤਾਂ ਨਾਲ ਮਿਲ ਕੇ ਲੁੱਟਿਆ ਕੰਪਨੀ ਦਾ ਕੰਟੇਨਰ। ਅੰਦਰ ਮੌਜੂਦ ਸੀ 60 ਆਈਫੋਨ 15, 77 ਸੈਮਸੰਗ ਮੋਬਾਈਲ। ਫਲਿੱਪਕਾਰਟ ਕੰਪਨੀ ਦੀ ਹੱਬ ਚੋਂ ਇੱਕ ਡਿਲੀਵਰੀ ਬੋਏ ਨੂੰ ਬਾਹਰ ਕੱਢਿਆ ਗਿਆ ਸੀ, ਪਰ ਇਹ ਸ਼ਖਸ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਕੰਪਨੀ ਦੇ ਹੀ ਸਮਾਨ ਦੀ ਲੁੱਟ ਕਰ ਲੈਂਦਾ, ਜਿਸ ਦੇ ਵਿੱਚ 60 ਦੇ ਕਰੀਬ ਆਈਫੋਨ 15 ਦੱਸੇ ਜਾ ਰਹੇ ਨੇ। ਜਿਸ ਤੋਂ ਬਾਅਦ ਪੁਲਿਸ ਨੇ ਹੁਣ 3 ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ। ਦੱਸ ਦਈਏ ਕਿ ਇਹ ਪੂਰਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ, ਜਿੱਥੇ ਫਲਿੱਪਕਾਰਟ 'ਚੋਂ ਕੱਢੇ ਗਏ ਡਿਲੀਵਰੀ ਬੋਏ ਨੇ ਕੰਪਨੀ ਦੇ ਸਮਾਨ ਦਾ ਇੱਕ ਕੰਟੇਨਰ ਚੋਰੀ ਕਰ ਲਿਆ। ਤਾਂ ਇਸ ਦੇ ਵੱਲੋਂ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਹ ਪਲੈਨ ਬਣਾਇਆ ਗਿਆ ਸੀ। ਤਾਂ ਇਸ ਨੂੰ ਸਭ ਪਤਾ ਸੀ ਕਿ ਕੰਪਨੀ ਦੇ ਕੰਟੇਨਰ ਦੇ ਵਿੱਚ ਮਹਿੰਗਾ ਸਮਾਨ ਹੈ, ਤਾਂ ਉਸੇ ਰਸਤੇ ਦੇ ਵਿੱਚ ਇਹ ਕੰਟੇਨਰ ਰੋਕਦਾ ਅਤੇ ਚਾਲਕ ਨੂੰ ਤੇਜ਼ ਧਾਰ ਹਥਿਆਰ ਦਿਖਾ ਕੇ ਆਪਣੇ ਨਾਲ ਲੈ ਜਾਂਦਾ। ਤਾਂ ਅੱਗੇ ਜਾ ਕੇ ਇਸਦਾ ਵਹੀਕਲ ਖੜਾ ਹੁੰਦਾ ਹੈ, ਜਿਸ ਦੇ ਵਿੱਚ ਇਹ ਕੰਟੇਨਰ ਦਾ ਸਾਰਾ ਸਮਾਨ ਉਸਦੇ ਅੰਦਰ ਸ਼ਿਫਟ ਕਰ ਲੈਂਦਾ ਹੈ ਅਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਕੰਪਨੀ ਦੇ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਹੁਣ 3 ਚੋਰਾਂ ਨੂੰ ਕਾਬੂ ਕਰ ਲਿਆ, ਜਿੱਥੇ ਕਿ ਇਹਨਾਂ ਦੇ ਕੋਲੋਂ ਕੁੱਲ 80 ਲੱਖ ਦੇ ਫੋਨ ਬਰਾਮਦ ਕੀਤੇ ਗਏ ਨੇ, ਜਿਸ ਦੇ ਵਿੱਚ 60 ਆਈਫੋਨ, 77 ਸੈਮਸੰਗ ਮੋਬਾਈਲ ਅਤੇ ਏਅਰਪੋਰਟ ਵੀ ਬਰਾਮਦ ਕੀਤੇ ਗਏ ਨੇ, ਜਿਨ੍ਹਾਂ ਦੀ ਕੁੱਲ ਕੀਮਤ 1 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇਸ ਸ਼ਖਸ ਨੂੰ ਕੰਪਨੀ ਦੇ ਵਿੱਚੋਂ ਕਿਸੇ ਕਾਰਨ ਲਈ ਕੱਢਿਆ ਗਿਆ ਸੀ, ਜਿਸ ਤੋਂ ਬਾਅਦ ਇਹ ਕੰਪਨੀ ਦੇ ਵਿੱਚ ਹੀ ਲੁੱਟ ਦੀ ਪੂਰੀ ਪਲੈਨਿੰਗ ਕਰਦਾ। ਫਰੀਦਕੋਟ ਰੇਂਜ ਦੀ ਡਾਇਰੈਕਸ਼ਨਾਂ 'ਤੇ ਕੰਮ ਕਰਦੇ ਹੋਏ ਹਾਂ। ਬਾਘਾ ਪੁਰਾਣਾ ਪੁਲਿਸ ਸਟੇਸ਼ਨ ਦੀ ਟੀਮ ਨੂੰ DSP ਬਾਘਾ ਪੁਰਾਣਾ ਦੀ ਸੁਪਰਵਿਜ਼ਨ ਹੇਠ ਇੱਕ ਅਚੀਵਮੈਂਟ ਮਿਲੀ ਹੈ। ਇਹਦੇ ਵਿੱਚ ਮਿਤੀ 28/9/2024 ਨੂੰ ਇੱਕ ਫਲਿੱਪਕਾਰਟ ਕੰਪਨੀ ਦਾ ਕੈਂਟਰ ਬਾਘਾ ਪੁਰਾਣਾ ਤੋਂ ਚੰਨੂਵਾਲ ਨੂੰ ਜਾ ਰਿਹਾ ਸੀ। ਉਹਦੇ ਵਿੱਚ ਡਿਲੀਵਰੀ ਦਾ ਸਾਰਾ ਸਮਾਨ ਸੀ ਫਲਿੱਪਕਾਰਟ ਕੰਪਨੀ ਦਾ, ਅਤੇ ਇਹਨੂੰ ਜਿਹੜਾ ਹੈ ਉਹ ਕੈਂਟਰ ਖੋ ਕੇ ਲੈ ਗਏ। ਸਟਾਰਟਿੰਗ ਦੇ ਵਿੱਚ ਸਾਨੂੰ ਆ ਸਨੈਚਿੰਗ ਲੱਗੀ ਸੀ, ਅਸੀਂ ਸਨੈਚਿੰਗ ਦਾ ਪਰਚਾ ਦੇ ਤਾ ਸੀ FIR ਨੰਬਰ 149 ਅੰਡਰ ਸੈਕਸ਼ਨ 304-35 BNS। ਬਾਅਦ 'ਚ ਜਦੋਂ DSP ਸਾਹਿਬ ਅਤੇ SHO ਸਾਹਿਬ ਦੀ ਟੀਮ ਨੇ, ਸਾਡੀ ਮੋਗੇ ਪੁਲਿਸ ਦੀ ਟੀਮ ਨੇ ਇਹਨੂੰ ਡੂੰਘਾਈ ਨਾਲ ਇਹਦੀ ਤਫਤੀਸ਼ ਕੀਤੀ, ਤਾਂ ਆ ਇੱਕ ਪ੍ਰੀ ਪਲੈਨਡ ਡਕੈਤੀ ਸੀਗੀ। ਆ ਬਾਅਦ ਦੀ ਤਫਤੀਸ਼ 'ਚ ਖੁਲਾਸਾ ਹੋਇਆ ਇਹਦਾ, ਅਤੇ ਉਹਦੇ ਵਿੱਚ ਅੱਗੇ ਤਫਤੀਸ਼ ਕਰਦਿਆਂ ਇਹਦੇ ਵਿੱਚ 5 ਦੋਸ਼ੀ ਜਿਹੜੇ ਹੈਗੇ ਸੀ ਉਹਨਾਂ ਦੀ ਪਛਾਣ ਕਰ ਲਈ। ਉਹਦੇ ਵਿੱਚੋਂ 3 ਦੋਸ਼ੀ ਅਰੈਸਟ ਹੋ ਗਏ, ਅਤੇ ਜਿਹੜਾ ਲੁੱਟ ਦਾ ਸਮਾਨ ਸੀ ਉਹ ਵੀ ਸਾਰਾ ਸਮਾਨ ਲਗਭਗ ਰਿਕਵਰ ਹੋ ਗਿਆ ਹੈ। ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਸਾਰਾ ਸਮਾਨ ਸੀਲਬੰਦ ਸੀ, ਉਹਦੇ ਵਿੱਚ ਸਾਨੂੰ ਲਿਸਟ ਜਿਹੜੀ ਹੈ ਉਹ ਥੋੜ੍ਹੀ ਲੇਟ ਮਿਲੀ ਹੈ, ਬਟ ਸਾਰਾ ਸਮਾਨ ਆਲਮੋਸਟ ਰਿਕਵਰ ਹੋ ਗਿਆ ਹੈ। ਇਹਦੇ ਵਿੱਚ ਜਿਹੜੇ 3 ਦੋਸ਼ੀ ਗ੍ਰਿਫਤਾਰ ਹੋਏ ਨੇ, ਹਰਦੀਪ ਸਿੰਘ ਉਰਫ ਅਰਸ਼ ਆ ਪਿੰਡ ਗਿਲਪੱਤੀ ਮਾਣੂਕੇ ਦਾ ਰਹਿਣ ਵਾਲਾ ਹੈ, ਰਾਜਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਲੰਗਿਆਣਾ ਨਵਾਂ, ਅਤੇ ਆਕਾਸ਼ਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਲੰਗਿਆਣਾ ਨਵਾਂ। ਇਹ 3 ਦੋਸ਼ੀ ਨੇ ਜਿਹੜੇ ਗ੍ਰਿਫਤਾਰ ਹੋਏ ਨੇ। ਇਹਦੇ ਵਿੱਚ ਜਿਹੜਾ ਹਰਦੀਪ ਸਿੰਘ ਉਰਫ ਅਰਸ਼ ਹੈ ਆ SC ਕੰਪਨੀ ਦਾ ਇੱਕ ਸਾਬਕਾ ਮੁਲਾਜ਼ਮ ਹੈ, ਆਹੀ ਇਸ ਪੂਰੀ ਡਕੈਤੀ ਦਾ ਮਾਸਟਰ ਮਾਇੰਡ ਹੈ, ਇਹਨੇ ਹੀ ਸਾਰਾ ਪਲੈਨ ਕੀਤਾ ਸੀ, ਅਤੇ ਹਥੌੜਾ ਅਤੇ ਧਾਰਦਾਰ ਹਥਿਆਰ ਦਿਖਾ ਕੇ ਉਹ ਡਰਾਈਵਰ ਤੋਂ ਇਹ ਲੁੱਟ ਕੇ ਲੈ ਗਏ ਸੀ। ਅਤੇ ਆਹ ਜਿਹੜੀ ਡਿਲੀਵਰੀ ਕੰਪਨੀ ਹੈ ਉਹਦੇ ਕੰਪਨੀ ਦੇ ਮੈਨੇਜਰ ਦੇ ਬਿਆਨਾਂ 'ਤੇ ਅਸੀਂ ਸਟਾਰਟਿੰਗ 'ਚ FIR ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕੀਤੀ ਸੀ। ਉਹਦੇ ਵਿੱਚ ਇਹਨਾਂ ਦੇ ਪੂਰੀ ਟੀਮ ਨੇ SPD ਸਾਹਿਬ ਦੀ ਸੁਪਰਵਿਜ਼ਨ ਹੇਠ ਵਧੀਆ ਕੰਮ ਕਰਦੇ ਹੋਏ ਸਾਰਾ ਸਮਾਨ, ਇਹਦੇ ਵਿੱਚ ਮੋਬਾਈਲ ਆਈਫੋਨ 15 ਜਿਹੜੇ ਟੋਟਲ 60 ਨੇ, ਮੋਬਾਈਲ ਸੈਮਸੰਗ ਅਤੇ ਹੋਰ ਕੰਪਨੀ ਦੇ ਟੋਟਲ 77, ਐਪਲ ਦੇ ਏਅਰਪੋਰਟ ਅਤੇ ਦੂਜੀ ਕੰਪਨੀਆਂ ਦੇ ਏਅਰਪੋਰਟ ਟੋਟਲ 139, ਅਤੇ ਇੱਕ ਲਿਨੋਵਾ ਦਾ ਟੈਬ ਹੈ। ਇਹਦੇ ਵਿੱਚ ਜਿਹੜਾ ਟਾਟਾ ਏਸ ਜਿਹਦੇ ਵਿੱਚ ਇਹ ਲਦਕੇ ਲੈ ਗਈ ਸੀ ਸਾਰਾ ਸਮਾਨ ਲੁੱਟਣ ਤੋਂ ਬਾਅਦ, ਉਹ ਵੀ ਰਿਕਵਰ ਕਰ ਲਿਆ, ਅਤੇ ਮੋਟਰਸਾਈਕਲ ਜਿਹਦੇ ਵਿੱਚ ਬੰਦੇ ਆਏ ਸੀ ਏਸ ਦੇ ਨਾਲ, ਉਹ ਵੀ ਅਸੀਂ ਮੋਟਰਸਾਈਕਲ ਰਿਕਵਰ ਕਰ ਲਿਆ। ਇਹਨਾਂ ਦੇ ਵਿੱਚੋਂ 2 ਦੋਸ਼ੀ ਆਕਾਸ਼
ਅਤੇ ਅਜੇ ਜਿਹੜੇ ਫੜਨ ਵਾਲੇ ਰਹਿੰਦੇ ਆ ਇਹਨਾਂ ਦਾ ਸਾਬਕਾ ਰਿਕਾਰਡ ਵੀ ਹੈਗਾ, ਇਹਨਾਂ ਦੇ ਲੜਾਈ ਝਗੜੇ ਦੇ ਅਤੇ ਆਕਾਸ਼ ਦੇ ਨਾਲ ਆਮ ਜੈਟ ਦੇ ਪਰਚੇ ਵੀ ਦਰਜ ਨੇ। ਗਿੱਲ ਪੱਤੀ ਮਾਣੂਕੇ ਪਿੰਡ ਦਾ ਰਹਿਣ ਵਾਲਾ। ਕੰਪਨੀ ਚੋਂ ਕਦੋਂ ਇਹ ਹਟਿਆ ਸਰ? ਲਗਭਗ 6 ਮਹੀਨੇ ਹੋ ਗਏ ਇਹਨੂੰ ਹਟਾਏ। ਜਾਣਕਾਰੀ ਸੀ ਸਰ ਵੀ ਇਦਾਂ ਪਾਰਸਲ ਆਉਂਦੇ ਜਾਂ ਕੰਟੇਨਰ? ਹਾਂ, ਕਿਉਂਕਿ ਆਹ ਪਹਿਲਾਂ ਕੰਪਨੀ ਦੇ ਵਿੱਚ ਐਜ਼ ਡਿਲੀਵਰ ਬੋਏ ਡਿਲੀਵਰੀ ਬੋਏ ਵੀ ਕੰਮ ਕਰ ਚੁੱਕਿਆ ਹੈ ਅਤੇ ਇਹਨੂੰ ਸਾਰੀ ਜਾਣਕਾਰੀ ਹੈਗੀ ਸੀ, ਇਹਨੂੰ ਰੂਟ ਦਾ ਵੀ ਸਾਰੇ ਦਾ ਪਤਾ ਸੀ। ਸਰ ਬਾਕੀਆਂ ਨਾਲ ਸੰਪਰਕ ਕਿਵੇਂ ਹੋਇਆ ਜੀ? ਜਿਹੜੇ ਬਾਕੀ ਦੋ ਤਾਂ ਜੀ ਇਹਦੇ ਪਿੰਡ ਦੇ ਹੀ ਨੇ, ਬਾਕੀ ਨਾਲ ਵਾਲੇ ਪਿੰਡ ਦੇ ਹੈਗੇ, ਇਹਨਾਂ ਨੂੰ ਪਹਿਲਾਂ ਤੋਂ ਹੀ ਨਾਲ ਜਾਏ। ਇਹਨਾਂ ਦਾ ਇਕੱਠਾ ਹੀ ਏਸ, ਇਹ ਦੋਨੋਂ ਯਾਰ ਦੋਸਤ ਨੇ ਆਪਸ ਦੇ ਵਿੱਚ, ਪਹਿਲਾਂ ਤੋਂ ਇੱਕ ਦੂਜੇ ਨੂੰ ਜਾਣਦੇ। ਇਹਨਾਂ ਦਾ ਕੋਈ ਬੈਕਗ੍ਰਾਉਂਡ ਸਰ ਜਿਹੜੇ ਬਾਕੀ ਦੋਸਤ ਨੇ? ਜਿਵੇਂ ਮੈਂ ਦੱਸਿਆ, ਅਜੇ ਅਤੇ ਆਕਾਸ਼ਦੀਪ ਜਿਹੜੇ ਹੈਗੇ ਇਹਨਾਂ ਦੇ ਪਹਿਲਾਂ ਪਰਚੇ ਦਰਜ ਹੈਗੇ ਲੜਾਈ ਝਗੜੇ ਦੇ ਅਤੇ ਆਮ ਜੈਟ ਦੇ, ਬਾਕੀ ਇਹਨਾਂ ਤਿੰਨਾਂ ਦੇ ਕੋਈ ਪਹਿਲਾਂ ਪਰਚਾ ਦਰਜ ਹੈ ਨਹੀਂ। ਅਤੇ ਪਹਿਲਾਂ ਕੰਮ ਕੀ ਕਰਦੇ ਨੇ ਸਰ? ਬਾਕੀ ਚਾਰੋਂ ਤੋਂ ਲੇਬਰ ਵਗੈਰਾ ਦਾ ਕੰਮ ਕਰਦੇ ਹੈ ਅਤੇ ਆਹ ਪਹਿਲਾਂ ਇਹ ਕੰਪਨੀ 'ਚ ਹੀ ਲੱਗਿਆ ਹੋਇਆ ਸੀ ਐਜ਼ ਡਿਲੀਵਰੀ ਬੋਏ, ਹੁਣ ਇਹ ਕੋਈ ਜ਼ਿਆਦਾ ਕੰਮ ਕਾਜ ਕਰਦੇ ਨਹੀਂ ਗੇ। ਹਰਦੀਪ ਸਿੰਘ ਨੂੰ ਕਿਉਂ ਕੰਪਨੀ ਤੋਂ ਹਟਾਇਆ ਗਿਆ ਜੀ, ਕੀ ਰੀਜ਼ਨ ਕੀ ਸੀ? ਉਹ ਉਹਨਾਂ ਦਾ ਇੰਟਰਨਲ ਮੈਟਰ ਸੀ, ਕੋਈ ਸ਼ਿਕਾਇਤ ਹੋਈ ਸੀ, ਕੋਈ ਡਿਊਟੀ ਦੇ ਵਿੱਚ ਉਹਨੇ ਲਾਪਰਵਾਹੀ ਵਰਤੀ ਸੀ, ਉਹਦੇ ਕਰਕੇ ਉਹਨੂੰ ਹਟਾਇਆ ਗਿਆ ਸੀ। ਸਰ ਜਿਹੜਾ ਟਾਟਾ ਇਸ ਦੇ ਵਿੱਚ ਸਮਾਨ ਲੈ ਕੇ ਗਏ ਉਹ ਕੀ ਦੱਸ ਗਏ? ਸਾਂਝਾ ਸੀ ਨਾ ਹਰਦੀਪ ਅਤੇ ਰਾਜਵਿੰਦਰ ਦਾ? ਸਾਂਝਾ ਸੀ ਸਾਰਾ। ਰਿਕਵਰੀ ਟਾਟਾ ਏਸ ਜਿਹੜੀ ਹੈਗੀ ਉਹਦੇ ਵਿੱਚੋਂ ਹੀ ਰਾਜਵਿੰਦਰ ਅਤੇ ਆਕਾਸ਼ਦੀਪ ਤੋਂ ਹੋਈ ਹੈ। ਇਹਨਾਂ ਨੇ ਕਿਸੇ ਅਣਪਛਾਤੀ ਥਾਂ 'ਤੇ ਇਹਨਾਂ ਨੂੰ ਖੜਾਏ ਹੋਇਆ ਸੀ ਅਤੇ ਸੀਲ ਸਾਰੀ ਇਹਨਾਂ ਨੇ ਤੋੜਤੀ ਸੀ, ਸੀਲਾਂ ਸਾਰੀਆਂ ਸਾੜਤੀ ਸੀਗੀਆਂ ਅਤੇ ਸਮਾਨ ਸਾਰਾ ਜਿਹੜਾ ਹੈ ਉਹ ਰਿਕਵਰ ਹੋ ਗਿਆ। ਲਗਭਗ ਜੇ ਇਹਦੀ ਮਾਰਕੀਟ ਵੈਲਿਊ ਜੇ ਅਸੀਂ ਵੇਖੀਏ ਇਹਦੀ ਟੋਟਲ 80 ਲੈਕਸ ਹੈਗੀ ਆ।